ਉਮੀਦ ਕਰਨੇ ਆ ਮਾੜੇ ਯੂਟਿਊਬ ਦੇ ਭੈਣਾਂ ਭਰਾ ਠੀਕ ਠਾਕ ਹੋ ਸਕਦਾ ਖੈਰ ਖਰੀਅਤ ਨਾਲ ਹੋ ਸਕਦਾ ਅੱਲਾਹ ਤਾਲਾ ਨੇ ਫਜ਼ਲ ਇਮਾਨੀ ਚ ਹਸਨ ਸਪੈਸ਼ਲੀ ਅਸਾਂ ਯੂਕੇ ਦੇ ਭੈਣਾਂ ਭਰਾਵਾਂ ਨੂੰ ਸ਼ੁਕਰੀਆ ਅਦਾ ਕਰਨੇ ਆ ਜਨਾਬ ਜਿਹੜਾ ਆਪਣਾ ਕੀਮਤੀ ਟਾਈਮ ਕੱਢੀ ਸਾਡੀਆਂ ਵੀਡੀਓ ਤੱਕਣੇ ਨੇ ਔਰ ਅਸਣੀਆਂ ਵੀਡੀਓ ਲਾਈਕ ਕਰਨੇ ਨੂੰ ਕਮੈਂਟ ਕਰਨੇ ਸਪੈਸ਼ਲੀ ਕੋਈ ਸਾਡੇ ਇਤਨੇ ਭੈਣਾਂ ਭਰਾ ਨੂੰ ਮੁਹੱਬਤ ਕਰਨੇ ਲਈ ਯਕੀਨ ਕਰੋ ਫੋਨ ਕਰੀ ਗਏ ਪੁੱਛਣੇ ਔਰ ਸ਼ੁਕਰੀਆ ਵੀ ਅਦਾ ਕਰਨੇ ਨੇ ਇੰਗਲੈਂਡੂ ਕਿ ਤੁਸੀਂ ਸਾਡੇ 'ਤੇ ਵੀਡੀਓ ਬਣਾਉਣੇ ਹੋ ਤਾਂ ਮੀ ਇੱਕ ਆਪਣਾ ਵੀ ਸ਼ੌਕ ਹੈ ਤਾਂ ਤੁਹਾਡੀ ਮਿਹਰਬਾਨੀ ਹੈ ਜਿਹੜੇ ਸ਼ੁਕਰੀਆ ਅਦਾ ਕਰਨੇ ਹੋ ਤਾਂ ਇਤਨਾ ਪਿਆਰ ਮੁਹੱਬਤ ਦੇਣੇ ਹੋ ਜਨਾਬ ਤਾਂ ਵੀਡੀਓ ਤੱਕਣੇ ਸਪੈਸ਼ਲੀ ਸਾਡੇ ਯੂਕੇ ਤੋਂ ਭਰਾ ਨੇ ਜੇ ਨਜ਼ੀਰ ਸਾਹਿਬ ਉਹ ਵੀਡੀਓ ਤੱਕਣੇ ਨੇ ਹੋਰ ਵੀ ਜਨਾਬ ਕਾਫੀ ਭਰਾ ਜਿਹੜੇ ਵੀਡੀਓ ਤੱਕਣੇ ਨਾਲ ਸਾ ਉਹਨਾਂ ਨੂੰ ਸ਼ੁਕਰੀਆ ਅਦਾ ਕਰਨੇ ਹਾਂ ਤਾਂ ਉਹ ਸਾਡੀ ਸਪੋਰਟ ਵੀ ਕਰਨੇ ਜਨਾਬ ਸਾਡੀ ਵਲਾਗ ਤੱਕਣੇ ਵੀਡੀਓ ਤੱਕਣੇ ਔਰ ਵੀਡੀਓ ਵੀ ਸ਼ੇਅਰ ਕਰਨੇ ਤਾਂ ਇਹ ਜੇ ਨਜ਼ੀਰ ਸਾਹਿਬ ਨਾਲ ਅਸੀਂ ਸ਼ੁਕਰੀਆ ਅਦਾ ਕਰਨੇ ਅਮਜਦ ਸਾਹਿਬ ਨਾਲ ਸਪੈਸ਼ਲ ਯੂਕੇ ਨੂੰ ਬਾਕੀ ਦੋਸਤਾਂ ਯਾਰਾਂ ਨੂੰ ਸ਼ੁਕਰੀਆ ਅਦਾ ਕਰਨੇ ਜਿਹੜੇ ਵੀਡੀਓ ਤੱਕਣੇ ਜਨਾਬ ਇਸ ਵੇਲੇ ਨਾਜ਼ਰੀਨ ਮੌਜੂਦ ਹਾਂ ਆਪਣੇ ਗਰਾਊਂਡ ਢੰਗਰੀ ਬਹਾਦਰ ਸ਼ੇਰ ਤਾਂ ਜਿਸ ਕਿ ਤੁਸੀਂ ਪਿਛਲੇ ਵਲਾਗ ਵਿੱਚ ਦੱਸਿਆ ਸੀ ਕਿ ਡੇਮੋ ਪੱਠੇ ਛੱਟੇ ਲੁੱਟ ਰਿਹਾ ਖੜੀ ਨਾ ਕਣਕਾਂ ਛਣਕਾਂ ਖੜੀ ਪੱਠੇ ਖੜੀ ਨਾ ਜਨਾਬ ਨੀਲਾ ਸ਼ੀਲਾ ਦੇ ਸਰੇ ਹੋ ਤਾਂ ਅੱਜ ਫਿਰ ਦੁਬਾਰਾ ਆਏ ਹਾਂ ਮੰਗਲਾ ਡੈਮ ਤਾਂ ਅੱਜ ਜਨਾਬ ਅਸਾਂ ਕਰਸਾਂ ਇਹ ਕੰਮ ਕਿ ਇੱਥੇ ਮਾਰਸਾਂ ਆਪਣੀ ਕਣਕ ਕਿ ਜਨਾਬ ਇਹ ਲੈਣ ਚਟਾ ਤਾਂ ਕਿ ਕਣਕ ਦੀ ਗਰੋਥ ਹੈ ਜਿਹੜੀ ਉਹ ਹੋਰ ਜ਼ਿਆਦਾ ਅੱਛੀ ਵੈ ਔਰ ਅਸੀਂ ਫਸਲ ਅੱਛੀ ਲੱਭਿਆ ਕਿਉਂਕਿ ਹੈਲ ਮਾਰਨੇ ਨਾਲ ਜਿਹੜੀ ਫਸਲ ਨਹੀਂ ਜਿਹੜੀ ਹੈ ਨਾ ਪੈਦਾਵਾਰ ਉਹ ਦੋ ਗੁਣਾ ਜ਼ਿਆਦਾ ਹੋਈ ਹੈ ਤਾਂ ਬਸ਼ਰਤੇ ਇਸ ਹੈਲ ਨਾਲੋਂ ਅਗਰ ਬੰਦਾ ਮਾਲਿਆ ਵਾਲਾ ਹੈਲ ਮਾਰਿਆ ਨਾ ਜਿਹੜਾ ਘਰ ਅਸਾਂ ਡੇਰੇ ਪਰ ਮਾਲ ਡੰਗਰ ਰੱਖੇ ਨੂੰ ਉਹ ਵੀ ਅਸਾਂ ਮਾਰਨੇ ਹਾਂ ਫਸਲ ਕੀਤਾ ਤੂੰ ਸਾਡੀ ਫਸਲ ਹੋਰਨਾ ਨਹੀਂ ਨਿਸਬਤ ਜ਼ਿਆਦਾ ਹੋਣੀ ਹੈ ਕਿਉਂਕਿ ਜਿਹੜਾ ਮਾਲਿਆ ਡੰਗਰ ਵਾਲਾ ਹੈਲ ਹੈ ਨਾ ਉਸਨੇ ਨਾਲ ਜਨਾਬ ਉਹ ਇੱਕ ਤਾਂ ਓਰੀਜਨਲ ਹੋਣਾ ਔਰ ਔਰਗੈਨਿਕ ਚੀਜ਼ ਹੈ ਤਾਂ ਉਸਨੇ ਨਾਲ ਫਸਲ ਹੈ ਕਿ ਜਨਾਬ ਲਈ ਡਬਲ ਟਨਵਾਈ ਲੱਭਣੀ ਹੈ ਖਾਸ ਕਰੀਏ ਉਸਨੇ ਬੈਰਾ ਮੱਕ ਬਹੁਤ ਜ਼ਿਆਦਾ ਹੋਣੀ ਹੈ ਤਾਂ ਅੱਜ ਤੁਸੀਂ ਨਾਜ਼ਰੀਨ ਦੱਸਣੇ ਆ ਅੱਬੂ ਵੀ ਆਏ ਹੋਏ ਚੋਰੀ ਮੰਮਨ ਮਿਹਰਬਾਨ ਸਾਹਿਬ ਤਾਂ ਉਹ ਵੀ ਹੈਲ ਮਾਰਨੇ ਪਏ ਤਾਂ ਮੈਂ ਤੁਸੀਂ ਬਲਾਗ ਵੀ ਦੱਸਣਾ ਜਨਾਬ ਹੈਲ ਕਿਸ ਤਰ੍ਹਾਂ ਮਾਰੀ ਨਾ ਤਾਂ ਹੈ ਲੈਣ ਤਰੋੜਾ ਵੀ ਦੱਸਣੇ ਆ ਜਨਾਬ ਤਾਂ ਅਸਾਂ ਜਿਹੜਾ ਆਪਣੀ ਫਸਲ ਵਿੱਚ ਇਸਤੇਮਾਲ ਕਰਨੇ ਹਾਂ ਉਹ ਬੇਸ਼ੁਮਾਰ ਕੰਪਨੀਆਂ ਨਾਲ ਅਸਾਂ ਤਾਂ ਸੋਨਾ ਯੂਰੀਆ ਹੈਲ ਇਸਤੇਮਾਲ ਕਰ ਰਹੇ ਹਾਂ ਤਾਂ ਮਾਸ਼ਾਅੱਲਾ ਬੜਾ ਅੱਛਾ ਹੈਲ ਰਿਜ਼ਲਟ ਵੀ ਅੱਛੇ ਲੱਭੇ ਪਿਛਲੇ ਸਾਲ ਤਕਰੀਬਨ ਅਸੀਂ ਇਹਦਾ ਅੱਛਾ ਲੱਭੀ ਗਿਆ ਸੀ ਲੇਕਿਨ ਕੁਝ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਨਾਲ ਧੋਖਾ ਹੋਇਆ ਸੀ ਔਰ ਚਕਸੁਆਰੀ 'ਚੋਂ ਹੀ ਜਿਹੜੇ ਹੈਲ ਵੇਚਣੇ ਵਾਲੇ ਸਨ ਉਹਨਾਂ ਦੋ ਨੰਬਰ ਹੈਲ ਵੀ ਵੇਚਿਆ ਸੀ ਉਸਦੀ ਵਜ੍ਹਾ ਤੋਂ ਫਸਲਾਂ ਨਾਲ ਕਾਫੀ ਨੁਕਸਾਨ ਹੋਇਆ ਸੀ ਜਿਸਾ ਕਿ ਸਾਡੇ ਚਾਚੂ ਚੌਧਰੀ ਸ਼ਾਹਿਦ ਸਾਹਿਬ ਉਹਨਾਂ ਨੇ ਫਸਲਾਂ ਨਾਲ ਬੜਾ ਨੁਕਸਾਨ ਹੋਇਆ ਕਿ ਉਹਨਾਂ ਹੈਲ ਆਉਂਦਾ ਚਕਸੁਆਰੀਆਂ ਦਾ ਉਸਨੇ 'ਚ ਜਨਾਬ ਨਿਮਕ ਮਿਕਸ ਹੋਇਆ ਸੀ ਤਾਂ ਇਹ ਵੀ ਤੱਕੀ ਸੁਣਨਾ ਪੈਣਾ ਜ਼ਰਾ ਕਿ ਇਸਨੇ 'ਚ ਵੀ ਇੱਕ ਨੰਬਰ ਦੋ ਨੰਬਰ ਰਛਣਾ ਪਰ ਹੈਲ ਫਸਲਾਂ 'ਤੇ ਬਿਹਤਰੀਨ ਚੀਜ਼ ਹੈ ਤਾਂ ਮਾਰਨਾ ਜਿਹੜਾ ਤਾਂ ਵਲਾਗਣਾ ਬੰਦੇ ਰਹੇ ਨਾਲੋਂ ਨਾਲ ਜਨਾਬ ਨਾਲ ਤੁਸੀਂ ਕਣਕ ਦੱਸਣੇ ਆ ਤਾਂ ਨਾਲ ਹੈਲ ਦੱਸਣੇ ਆ ਮਾਰਨੇ ਪਏ ਅੱਬੂ ਜੀ ਔਰ ਹੈਲ ਇਹ ਅੱਜ ਤਰੋੜਾ ਆਉਂਦਾ ਚੈੱਕ ਕਰੀ ਆਪਣੇ ਸਾਫ ਹੈ ਬੜਾ ਬਿਹਤਰੀਨ ਹੈਲ ਨਿਕਲਿਆ ਇੱਕ ਨੰਬਰ ਤਾਂ ਵੈਸੇ ਜ਼ਿਆਦਾਤਰ ਕਈਆਂ ਜਗ੍ਹਾ ਮਿਲਾਵਟ ਵੀ ਹੋਣੀ ਹੈ ਲੈ ਇਸ ਬਾਰੇ ਮੈਂ ਆਪਣੀ ਆਡੀਅੰਸ ਕੀ ਦੱਸਾਂ ਮੈਂ ਬਾਲਟੀ 'ਚ ਬਾਹਰ ਰਹੇ ਜਨਾਬ ਤਾਂ ਹੁਣ ਇਸ ਮਾਰਤਾ ਬਾੜੀ ਚੈੱਕ ਕਰੀ ਸਕਣੀ ਹੈਲ ਮਾਸ਼ਾਅੱਲਾ ਮੈਂ ਤੱਕੋ ਜੀ ਵਾਲਦ ਸਾਹਿਬ ਹੈਲ ਮਾਰ ਹੀ ਰਹੇ ਮਾਸ਼ਾਅੱਲਾ ਆਣੇ ਮੈਂ ਆਪ ਮਾਰਸਾਂ ਤੁਸੀਂ ਤੱਕੋ ਜਨਾਬ ਤਾਂ ਮਾਸ਼ਾਅੱਲਾ ਇਹਨਾਂ ਨੇ ਸ਼ੌਕ ਵੀ ਹੈ ਖੇਤੀਬਾੜੀ ਨਾਲ ਤਾਂ ਮਾਸ਼ਾਅੱਲਾ ਤੱਕੀ ਸਕਣੇ ਹੋ ਹੈਲ ਮਾਰੀ ਦੇ ਜਨਾਬ ਤਾਂ ਇਹ ਤਾਂ ਕੋਈ ਥੋੜ੍ਹਾ ਜਿਹਾ ਨੀਲਾ ਵੀ ਫਸਲ ਹੀ ਜੰਮੀ ਆਇਆ ਹੋਇਆ ਬਾਰਿਸ਼ ਹੋਣੇ ਨਾਲ ਅੱਲਾ ਨਹੀਂ ਰਹਿਮਤ ਹੈ ਕਿ ਬਾਰਿਸ਼ ਹੋਈ ਹੈ ਜਿਸ ਵਜ੍ਹਾ ਤੋਂ ਚਰੇ 'ਚ ਵੀ ਇਜ਼ਾਫਾ ਹੋ ਗਿਆ ਅਤੇ ਨੀਲਾ ਵੀ ਤਕਰੀਬਨ ਜੰਮੀ ਆਇਆ ਹੋਇਆ ਹਰ ਪਾਸੇ ਅਤੇ ਕਣਕਾਂ 'ਚ ਵੀ ਨੀਲਾ ਬੂਟੀ ਛੂਟੀ ਜੰਮੀ ਆਈ ਹੈ ਥੋੜ੍ਹਿਆਂ ਦਿਨਾਂ ਬਾਅਦ ਉਹ ਸਪਰੇਅ ਕਰਸਾਂ ਉਹ ਵਲਾਗ ਦੱਸਾਂ ਤੁਸੀਂ ਸਪਰੇਅ ਦਾ ਤਰੀਕਾਕਾਰ ਵੀ ਤਾਂ ਚੈੱਕ ਕਰੋ ਮਾਸ਼ਾਅੱਲਾ ਹੈਲ ਮਾਰੀ ਰਹੇ ਅੱਬੂ ਜੀ ਹੋਰ
ਕਿਤਨਾ ਸੋਹਣਾ ਮਾਰੀ ਦੇ ਜਨਾਬ, ਚੈੱਕ ਕਰੋ ਮਾਸ਼ਾਅੱਲਾ। ਤੇ ਹੈਲ ਹੁਣ ਇਸ ਲਈ ਬਾੜੀ ਮਾਰੀ ਹੈ, ਇਹ ਤਾਂ ਕੁਝ ਵੀ ਕੋਨੀਆਂ ਇਸ ਦੀਆਂ ਕੋਈ ਕੋਈ ਪੂਲੀਆਂ ਹੋਈਆਂ, ਲੇਕਿਨ ਤਾਂ ਕੋਈ ਬਾਰਿਸ਼ ਹੋਣੇ ਨਹੀਂ ਵਜ੍ਹਾ ਤੋਂ ਕਿਤਨੀ ਕਣਕ ਵਧੀ ਹੈ ਇਸ ਵਕਤ ਮਾਸ਼ਾਅੱਲਾ, ਬੜੀ ਸੋਹਣੀ ਫਸਲ ਹੋਈ ਗਈ ਹੈ। ਤੇ ਚੈੱਕ ਕਰੋ ਜਨਾਬ ਫਸਲਾਂ ਮਾਸ਼ਾਅੱਲਾ, ਇਤਨੀਆਂ ਖੂਬਸੂਰਤ ਹੋਈ ਗਈਆਂ। ਤੇ ਇਹ ਸਾਰੀ ਬਾੜੀ 'ਚ ਹੈਲ ਮਾਰਸਾਂ ਤਾਂ ਵਲਾਗ ਨਾਲ ਬਣਤੇ ਰਹੇ ਨਾਲੋ ਨਾਲ। ਉਹ ਉੱਪਰ ਤੱਕ ਜਨਾਬ ਪੱਠੇ ਕੱਪੀ ਰਹੀ ਹੈ ਆਵਾਮ, ਜਿਵੇਂ ਕਿ ਤੁਸੀਂ ਪਿਛਲੇ ਵਲਾਗ ਵਿੱਚ ਵੀ ਦੱਸਿਆ ਸੀ ਮਾਸ਼ਾਅੱਲਾ ਤੱਕ ਸਕਣ ਸਰਿਓ। ਤੇ ਸਰਿਓ ਵੀ ਹੈ ਜਿਹੜੀ, ਇਹ ਵੀ ਬਾਅਦ ਹੀ ਪੱਕੀ ਜਾਣੀ ਹੈ। ਤੇ ਤੱਕੋ ਕਿਤਨਾ ਸੋਹਣਾ ਵਿਊ ਹੈ ਮਾਸ਼ਾਅੱਲਾ। ਉੱਪਰ ਤੱਕੋ ਜਨਾਬ ਜਿਹੜੇ ਲੋਕਾਂ ਮਕਾਨ ਬਣਾਇਆ ਨਹੀਂ ਤੂੰ ਪੱਟਿਆ ਕਿਆ, ਮੰਗਲਾ ਡੈਮ 'ਚੋਂ ਬਾਹਰ ਗਏ, ਚੈੱਕ ਕਰੋ ਕਿਤਨਾ ਖੂਬਸੂਰਤ ਨਜ਼ਾਰਾ। ਅੱਜ ਧੁੱਪ ਚੜੀ ਹੋਈ ਹੈ, ਵੈਦਰ ਵੀ ਇਤਨਾ ਅੱਛਾ ਮਾਸ਼ਾਅੱਲਾ, ਚੈੱਕ ਕਰੋ ਮਾਸ਼ਾਅੱਲਾ, ਚੈੱਕ ਕਰੋ ਜੀ ਕਿਤਨਾ ਪੁਰਸਕੂਨ ਮਾਹੌਲ ਹੈ। ਵੈਦਰ ਚੈੱਕ ਕਰੋ, ਬੜਾ ਅੱਛਾ ਵੈਦਰ ਹੈ ਅੱਜ, ਧੁੱਪ ਨਿਕਲੀ ਹੋਈ ਹੈ। ਇਹ ਨਾਲ ਪਿੱਛੇ ਮੰਗਲਾ ਡੈਮ ਹੈ, ਕਿਉਂਕਿ ਸੂਰਜ ਉਸ ਤਰਫ ਹੈ, ਸਹੀ ਕਲੀਅਰ ਨਹੀਂ ਦਿਸਣਾ। ਇਹ ਉੱਪਰ ਜਨਾਬ ਉੱਪਰਲਾ ਮੋਲਾ ਜਿਹੜਾ ਮੰਗਲਾ ਡੈਮ ਵਿੱਚ ਇੱਕ ਗਰਾਂ ਰਹਿ ਗਿਆ, ਬਚੀ ਗਿਆ ਪਾਣੀ ਹੈ ਜੋ, ਉਹ ਉੱਪਰਲਾ ਮੋਲਾ, ਇਹ ਨਾਲ ਮਲਕਾਂ ਦਾ ਮੋਲਾ। ਤੇ ਇਹ ਜਨਾਬ ਪੁਰਾਣਾ ਸ਼ਹਿਰ ਹੋਣਾ ਸੀ ਜਿਹੜਾ ਇੱਥੇ ਤੁਸੀਂ ਹਰ ਇਲਾਕੇ ਸਾਨੂੰ ਦੱਸਿਆ, ਉਹ ਉੱਪਰ ਕੱਸੀ, ਉਸ ਤੋਂ ਉੱਪਰ ਲੈ ਜੂ ਲਓ ਜਨਾਬ ਬੋਆ ਬਟਾਲਾ ਦਾ ਬੰਨੀ, ਉਸ ਤੋਂ ਉੱਪਰ ਜਨਾਬ ਨੇ ਬਾਦੀ ਅੰਦਰਾਜ ਸ਼ਰੀਫ ਜਿੱਥੇ ਅਸਾਂ ਰਹਿਣੇ ਹਾਂ। ਤੇ ਕਿਤਨਾ ਖੂਬਸੂਰਤ ਵਿਊ ਹੈ, ਚੈੱਕ ਕਰੋ ਜਨਾਬ ਮਾਸ਼ਾਅੱਲਾ। ਤੇ ਇਹ ਪਾਰ ਇਸਲਾਮਗੜ੍ਹ ਹੈ ਜਨਾਬ, ਜ਼ੂਮ ਕਰੀ ਦੱਸ ਰਹੇ ਹਾਂ ਜਨਾਬ ਅਸਾਂ ਆਪਣੇ ਫੋਨ 'ਚ, ਤੁਸੀਂ ਚੈੱਕ ਕਰੋ ਪਹਾੜ, ਚੈੱਕ ਕਰੋ ਕਸ਼ਮੀਰ ਨੇ ਕਿਤਨੀ ਕਸ਼ਮੀਰ ਨੇ ਖੂਬਸੂਰਤੀ ਹੈ। ਉਹ ਪਾਰ ਖੱਡ ਹੈ, ਖੱਡ ਹੈ, ਸਫੈਦੇ ਲੱਗੇ ਹੋਏ ਜਿਹੜੇ ਸਫੈਦੇ ਨੇ ਬੂਟੇ ਦੀ ਸੀ ਰਹੇ ਨੇ ਤੁਸੀਂ। ਤੇ ਇਹ ਪਾਰ ਲੈ ਜਾਓ ਜਨਾਬ ਜਮੂਈ, ਤੇ ਇੱਧਰ ਪਾਰ ਆਈ ਜਾਓ ਜਨਾਬ ਤੇ ਟੱਲਾ ਬਾਜ਼ਾਰ ਦਾ ਅੱਗੇ ਜਨਾਬ ਮਾਲਾ ਪੁੱਲ, ਤੇ ਇਸ ਤੋਂ ਅੱਗੇ ਲੈ ਜਾਓ ਤੇ ਜਨਾਬ ਮੀਰਪੁਰ, ਚੈੱਕ ਕਰ ਸਕਦੇ ਹੋ ਕਿਤਨਾ ਪਿਆਰਾ ਵੀ। ਕਰਨੇ ਆ ਅੱਜ ਨਾ ਵਲੌਗ ਤੁਸੀਂ ਪਸੰਦ ਆਇਆ ਹੋ ਸੀ, ਸਪੈਸ਼ਲੀ ਅਸੀਂ ਯੂਕੇ ਦੇ ਭੈਣਾਂ ਭਰਾ ਉਹ ਜਿਹੜੇ ਸਾਡਾ ਚੈਨਲ ਤੱਕਣੇ ਨੂੰ ਉਸਾਂ ਭੈਣਾਂ ਭਰਾਵਾਂ ਨਾਲ ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਕਿ ਉਹ ਪ੍ਰੋਪਰ ਟਾਈਮ ਕੱਢੀ ਸਾਡਾ ਵਲੌਗ ਤੱਕਣੇ ਨੇ, ਔਰ ਅਸੀਂ ਆਪਣੇ ਜ਼ਿੰਦਗੀ ਨੇ ਕੀਮਤੀ 10 ਮਿੰਟ ਦੇਣੇ ਨੇ। ਤੇ ਜਿਹੜੇ ਨਵੇਂ ਆਏ ਹੋ ਜੇ ਸਾਡਾ ਵਲੌਗ ਪਸੰਦ ਆਇਆ ਤਾਂ ਚੈਨਲ ਕੀ ਸਬਸਕ੍ਰਾਈਬ ਕਰੀ ਓੜੋ, ਤੇ ਜੇ ਵੀਡੀਓ ਜ਼ਿਆਦਾ ਪਸੰਦ ਆਈ ਹੈ ਤਾਂ ਸ਼ੇਅਰ ਕਰੀ ਓੜੋ, ਅਤੇ ਉਸ ਤੋਂ ਜ਼ਿਆਦਾ ਜੇ ਪਸੰਦ ਆਈ ਹੈ ਤਾਂ ਲਾਈਕ ਕਰੀ ਓੜੋ। ਤੇ ਆਪਣੇ ਭਰਾ ਸੁਫੀਆਨ ਮਿਹਰਬਾਨ ਕੀ ਇਜਾਜ਼ਤ ਦਿਓ, ਇਨਸ਼ਾਅੱਲਾ ਨਵੇਂ ਵਲੌਗ ਨਾਲ ਮਿਲਸਾਂ। ਅੱਲਾ ਪਾਕ ਤੁਸੀਂ ਆਪਣੇ ਹਿਫਜ਼ੋ ਇਮਾਨ ਰੱਖਿਆ, ਤੇ ਖੁਦਾ ਹਾਫਿਜ਼।